ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਮੇਰੇ ਵੱਲੋਂ ਯਾਨੀ ਕਿ ਭਗਵਾਨ ਸਿੰਘ ਕੋਚ ਵੱਲੋਂ ਮੈਂ ਚਕੇਰੀਆਂ ਪਿੰਡ ਸਰਸਾ ਜ਼ਿਲ੍ਹਾ ਦਾ ਰਹਿਣ ਵਾਲਾ ਆਪਣੇ ਖੇਤ ਦੇ ਵਿੱਚ ਫੈਂਟ ਵਾਏ ਦੀ ਜਿਹੜੀ ਜਮਾਰ ਹੈ ਕੋਰਾਜਨ ਦੀ ਕੋਰਾਜਨ ਕੰਪਨੀ ਦੀ ਅਤੇ ਆਪਾਂ 2 ਕਿਲੋ ਵੀ ਪਾਇਆ ਸੀਗਾ ਇਹ ਹਾਂਜੀ ਕਨਾਲ ਦਾ ਅਤੇ ਬਹੁਤ ਵਧੀਆ ਜਵਾਰ ਹੈ ਦੋਸਤੋ ਦੋ ਇਹਨੂੰ ਪਾਣੀ ਲਾਏ ਆ ਅਤੇ ਅੱਜ 1.25 ਮਹੀਨੇ ਦੇ ਕਰੀਬ ਇਹਨੂੰ ਬੀਜੀ ਨੂੰ ਹੋ ਗਿਆ ਅਤੇ ਮੇਰੇ ਖਿਆਲ 'ਚ ਇੱਧਰ ਵਾਢਾ ਵੀ ਲੱਗਿਆ ਹੋਇਆ ਕਿ ਤਕਰੀਬਨ 8-9 ਦਿਨ ਹੋ ਗਏ ਵਾਢਾ ਲੱਗੇ ਨੂੰ ਅਤੇ ਜਿਹੜੀ ਕਿ ਬਹੁਤ ਜਲਦੀ ਤਿਆਰ ਹੋਈ ਹੈ ਅਤੇ 5-6 ਫੁੱਟ ਇਸਦਾ ਜਵਾਰ ਦਾ ਕੱਦ ਹੈ ਖਾਣ ਦੇ ਵਿੱਚ ਬਹੁਤ ਵਧੀਆ ਅਤੇ ਦੂਜੀ ਗੱਲ ਜਿਹੜੀ ਮੈਂ ਇਹਦੀ ਚੈੱਕ ਕਰਕੇ ਦੇਖੀ ਹੈ ਵੀ ਨਾ ਤਾਂ ਇਹ ਜ਼ਿਆਦਾ ਮਿੱਠੀ ਹੈ ਅਤੇ ਨਾ ਹੀ ਜ਼ਿਆਦਾ ਫਿਕਲੀ ਹੈ ਇਸ ਕਰਕੇ ਇਸ ਜਮਾਰ 'ਤੇ ਜਿਹੜੀ ਬਿਮਾਰੀ ਹੈ ਉਹ ਵੀ ਕੀੜੇ ਦੀ ਵੀ ਘੱਟ ਆ ਰਹੀ ਹੈ ਕਿ ਉਹ ਜ਼ਿਆਦਾ ਜਮਾਰ ਮਿੱਠੀ ਹੁੰਦੀ ਉਹਨੂੰ ਬਿਮਾਰੀ ਵੀ ਵੱਧ ਆ ਜਾਂਦੀ ਹੈ ਇਸ ਲਈ ਇਹ ਜਵਾਰ ਦੀ ਜਿਹੜੀ ਵਰਾਇਟੀ ਹੈ ਬਹੁਤ ਵਧੀਆ ਅਤੇ ਮੈਂ ਮੇਰੇ ਕਿਸਾਨ ਭਰਾਵਾਂ ਨੂੰ ਬੇਨਤੀ ਕਰੂੰਗਾ ਵੀ ਆਪਾਂ ਜ਼ਿਆਦਾ ਸਪਰੇਹਾਂ ਕਰਕੇ ਜਮਾਰ ਨੂੰ ਵਧਾਉਂਦੇ ਹਾਂ ਛੇਤੀ ਤਿਆਰ ਕਰਦੇ ਹਾਂ ਅਤੇ ਇਹ ਵਰਾਇਟੀ ਇਹੋ ਜਿਹੀ ਹੈ ਜੇ ਤੁਸੀਂ ਇਸ ਨੂੰ ਲਾਓਗੇ ਤਾਂ 24-25 ਦਿਨਾਂ ਬਾਅਦ ਤੁਹਾਡੀ ਵਾਢੇ ਵਾਲੀ ਹੋ ਜਾਣੀ ਹੈ ਅਤੇ ਇਸ ਜਵਾਰ ਨੂੰ ਤੁਸੀਂ ਬੀਜੋ ਅਤੇ ਆਪਣੇ ਪਸ਼ੂਆਂ ਨੂੰ ਵਧੀਆ ਚਾਰਾ ਪਾਓ ਅਤੇ ਜਿਹੜਾ ਲੇਟ ਹੋਣ ਦਾ ਆਪਣਾ ਸਮਾਂ ਉਹ ਇਹ ਜਵਾਰ ਆਪਣਾ ਕੱਢ ਦਿੰਦੀ ਹੈ ਜੇਕਰ ਆਪਾਂ ਲੇਟ ਬੀਜਦੇ ਹਾਂ ਛੇਤੀ ਤਿਆਰ ਹੋ ਜਾਂਦੀ ਹੈ ਸੋ ਇਹ ਮੇਰੀ ਸਾਰੇ ਕਿਸਾਨ ਭਰਾਵਾਂ ਨੂੰ ਰਾਏ ਹੈ ਤੁਸੀਂ ਵੀ ਇਸ ਜਵਾਰ ਨੂੰ ਜ਼ਰੂਰ ਬੀਜ ਕੇ